ਝੱਟ ਗਿਆ ਕੱਲੀ ਜ਼ਿੰਮੇਵਾਰੀਆਂ ਚ ਕਿਹਦਾ ਦਰ ਲੱਭਾਂ ਵੀ ਮੈਂ ਉਹਨੂੰ ਲੱਭ ਕੇ ਲਿਆਵਾਂ ਜਾਂ ਉਹਨੂੰ ਮਾਰਿਆ ਜਾਂ ਉਹਨੂੰ ਪੁੱਟਿਆ ਜਾਂ ਕਿਤੇ ਕੀਤਾ 5 ਸਾਲ ਉੱਥੇ ਰਿਹਾ ਉਹ ਕਿਉਂ ਇਸ ਤਰ੍ਹਾਂ ਫੇਰਨਾ ਕਿਉਂ ਹੋਇਆ ਜੇ ਉਹ ਚੋਰ ਸੀ ਜਾਂ ਡਾਕੂ ਸੀ ਤਾਂ ਵੀ ਦੱਸਦੇ ਵੀਡੀਓ 'ਚ ਕਰ ਦਿੰਦੇ ਮੁੰਡਾ ਬੋਲੇ ਅਸੀਂ ਮੰਗਾ ਲੈਂਦੇ ਮੈਂ ਕਿੱਥੋਂ ਲਿਆਵਾਂ ਅੱਜ ਮੈਨੂੰ ਰਾਤ ਹੋਰ ਮੈਨੂੰ ਸਵੇਰੇ ਪਤਾ ਲੱਗਾ 3 ਮਹੀਨੇ ਹੋ ਗਏ ਕੋਈ ਕਹਿੰਦਾ 2 ਮਹੀਨੇ ਹੋ ਗਏ ਕੋਈ ਕਹਿੰਦਾ ਪਤਾ ਨਹੀਂ ਲਾ ਪਾਤੇ ਕੋਈ ਕੁਛ ਕੋ ਕੁਛ ਮੈਂ ਕਿਹਨੂੰ ਪੁੱਛਾਂ ਦਿੱਲੀ ਦਾ ਰਾਜਾ ਵਾ ਮੈਂ ਪੱਕਾ ਬੰਦਾ ਵਾ ਜਦੋਂ ਮਰਜ਼ੀ ਮਾ ਜਾ ਮੈਂ ਬੇਟਾ ਤੂੰ ਮੈਨੂੰ ਫੋਨ ਕਰਿਆ ਕਰ ਮੇਰਾ ਦਿਲ ਬੜਾ ਖੁਸਦਾ ਤੇ ਕਹਿੰਦਾ ਕੋਈ ਗੱਲ ਨੀ ਤੇ ਮੈਨੂੰ ਜਾਣ ਕੇ ਬੇਟੀ ਨੀ ਮੈਨੂੰ ਸਵੇਰੇ ਸੁੱਤੀ ਨੂੰ ਉਠਾਈ ਹੈ ਮੈਨੂੰ ਕੋਈ ਪਤਾ ਨੀ ਤੇ ਉਦੋਂ ਮੈਂ ਪੁੱਛਦੀ ਮੈਂ ਕਹਿੰਦੀ ਵੋਟੀ ਨੂੰ ਫੋਨ ਫਾਨ ਮੈਂ ਆਉਂਦਾ ਕਹਿੰਦੀਆਂ ਸੀ ਆਉਂਦਾ ਕਦੀ ਕਦੀ ਇਹਨਾਂ ਨੇ ਦੱਸਣਾ ਮੈਨੂੰ ਤੇ ਮੇਰਾ ਦਿਲ ਡੁੱਬਦਾ ਰਹਿੰਦਾ ਹੁੰਦਾ ਸੀ ਮੈਂ ਕਹਿੰਦੀ ਮੈਨੂੰ ਦੱਸੋ ਮੇਰਾ ਬੱਚਾ ਠੀਕ ਠਾਕ ਉੱਥੇ ਚੱਲ ਪੈਸਿਆਂ ਦੀ ਤਾਂ ਮੈਨੂੰ ਕੋਈ ਗੱਲ ਨਹੀਂ ਆਪਾਂ ਆਉਂਦਾ ਨਹੀਂ ਕਹਿੰਦਾ ਕਮਾਈ ਕਰਦਾ ਕਿੱਦਾਂ ਕਰਦਾ ਜੋ ਮਰਜ਼ੀ ਕਰਦਾ ਪਰ ਮੈਨੂੰ ਫੋਨ ਕਰ ਦਿਆ ਕਰ ਮੈਂ ਠੀਕ ਹਾਂ ਹੈਂ ਮੈਂ ਇੱਥੇ ਘਰ ਰਹਿੰਦੀ ਇਕੱਲੀ ਢੋਲੇ ਮੱਲੇ ਕਰਦੀ ਕਹਿੰਦੀ ਕਦੀ ਉੱਧਰ ਕਦੀ ਉੱਧਰ ਰਿਸ਼ਤੇਦਾਰਾਂ ਦੇ ਵੀ ਜਾਣਾ ਪੈਂਦਾ ਕਦੀ ਮੈਂ ਚੱਲ ਜਾਣਾ ਕਦੀ ਆ ਜਾਣਾ ਤੇ ਮੈਨੂੰ ਉਹਦਾ ਫਿਕਰ ਸੀ ਮੈਂ ਬੱਚੇ ਦਾ ਗੱਲ ਹੋ ਜਾਵੇ 4 ਮਹੀਨੇ ਹੋ ਗਏ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਤੇ ਫਿਰ ਮੇਰਾ ਦਿਲ ਹੀ ਜਾਣਦਾ ਤੇ ਗੁੰਮਿਆਂ ਤਰ੍ਹਾਂ ਡੁੱਬੀ ਡੁੱਬੀ ਹੋਏਗਾ ਇਹਦੇ ਕੋਲ ਜਾਣਾ ਕੁੜੀ ਕੋਲ ਜਾਣਾ ਇਹਨੇ ਕਹਿੰਦਾ ਆਉਂਦਾ ਫੋਨ ਵੋਟੀ ਨੂੰ ਗੱਲ ਕਰਨੀ ਔਰ ਕਰਨੀ ਆਉਂਦਾ ਫੋਨ ਇਹੀ ਹੈਗੇ ਆ ਤੈਨੂੰ ਕਾਹਦਾ ਫਿਕਰ ਕਿੰਨਾ ਚਿਰ ਹੋ ਗਿਆ ਗਏ ਬਾਹਰ ਗਏ ਬਾਹਰ ਹੋ ਗਿਆ ਸੀ ਇਹਦੇ 'ਚ ਝੋਨਿਆਂ ਦੀ ਝੋਨੇ ਲੱਗਦੇ ਸੀ ਉਹਦੀ ਜੇਠ 'ਚ ਜੇਠ 'ਤੇ ਕੀ ਗਿਆ ਸੀ ਨਾ ਉਦੋਂ 4 ਤਰੀਕ ਉਹਦਾ 5 ਸਾਲ ਹੋ ਗਏ ਉਹਨੂੰ ਗਿਆ 5ਵਾਂ 6ਵਾਂ ਸਾਲ ਲੱਗਾ ਅਤੇ 2 ਵਾਰੀ ਆਇਆ ਉਹ ਛੁੱਟੀ ਪਿਓ ਮਰਿਆ ਸੀ ਅਸੀਂ ਨਹੀਂ ਸੀ ਮੰਗਾਇਆ ਗਿਆ ਸੀ ਛੁੱਟੀ ਕੱਟ ਕੇ ਅਤੇ ਮੈਂ ਕਿਹਾ ਕਾਕਾ ਜੋ ਅਸੀਂ ਕਰਨੇ ਉਹ ਤੂੰ ਕਰਨਾ ਕੀ ਕਰਨਾ ਤੂੰ ਪੈਸੇ ਕਮਾਉਣ ਗਿਆ ਤੇ ਤੂੰ ਨਾ ਕੋਈ ਗੱਲ ਨਹੀਂ ਮੈਂ ਸਾਰਾ ਕੁਛ ਕਰ ਲਵਾਂਗੀ ਚਲੋ ਅਸੀਂ ਉਹਦਾ ਭੋਗ ਭਾਗ ਪਵਾਇਆ ਕਰਿਆ ਹੁਣ ਉਹ ਆਇਆ ਉਹਦੇ 2 ਸਾਲਾਂ ਮਰਨ ਤੋਂ ਬਾਅਦ 2 ਸਾਲ ਦਾ ਮਰ ਗਿਆ ਸੀ 2 ਸਾਲ ਤੋਂ ਬਾਅਦ ਆਇਆ ਸਾਲ ਹੋ ਗਿਆ 1 ਸਾਲ ਅਤੇ 4 ਮਹੀਨੇ ਹੋ ਗਏ ਉਹਨੂੰ ਗਏ ਅਤੇ ਮੈਨੂੰ ਨਹੀਂ ਪਤਾ ਵੀ ਕੀ ਗੱਲ ਹੈ ਕੀ ਬਾਤ ਹੈ ਅਤੇ ਇਹ ਵੀ ਨਹੀਂ ਪਤਾ ਵੀ ਕੀ ਹੋਇਆ ਕੀ ਨਹੀਂ ਹੋਇਆ ਮੰਮੀ ਦਾ ਫੋਨ ਆਇਆ ਉਹ ਵੀਰ ਲੱਭਾ ਤੇ ਨਹੀਂ ਲੱਭਾ ਵੀਰ ਉਹਨੇ ਵੀਰ ਪਾਈ ਉਹ ਫਿਰ ਉਧਰ ਕਿਸੇ ਨੇ ਫੋਟੋ ਭੇਜੀ ਕਹਿੰਦੇ ਪੂਰੇ ਹੋ ਗਏ ਉਹਨਾਂ ਦੇ ਸੰਸਕਾਰ ਵੀ ਹੋ ਗਏ ਇਹਨਾਂ ਦਾ 2.5 ਕੁ ਮਹੀਨੇ ਹੋ ਗਏ ਆ 2.5 ਮਹੀਨੇ ਹਾਂ 2.5 ਮਹੀਨੇ ਜੀ ਸੰਸਕਾਰ ਉੱਥੇ ਕਰਤਾ ਹਾਂਜੀ ਉੱਥੇ ਕਰਤਾ ਹਾਂਜੀ ਉਹਨਾਂ ਨੇ ਵੀਡੀਓ ਪਾਈ ਉਹ ਕਹਿੰਦੇ ਸੰਸਕਾਰ ਵੀ ਹੋ ਗਿਆ ਕਿੰਨਾ ਨੇ ਕੀਤਾ ਸੰਸਕਾਰ ਪਤਾ ਨਹੀਂ ਕਿੰਨੇ ਕੀਤਾ ਉਹ ਨਹੀਂ ਪਤਾ ਲੱਗਾ ਇਹਦਾ ਜੀ ਆਪਣੇ ਵੀਰ ਜੀ ਲੱਗਦੇ ਸੀ ਸਾਡੇ ਚਾਚਾ ਜੀ ਦੇ ਬੇਟੇ ਸੀ ਅਤੇ ਇਟਲੀ ਗਏ ਸੀ ਆਪਣੀ ਰੋਜ਼ੀ ਰੋਟੀ ਵਾਸਤੇ ਜਿੱਦਾਂ ਹੁਣ ਪਰਿਵਾਰ ਦੇ ਪਿੱਛੇ ਸਾਡੀ ਚਾਚੀ ਲੱਗਦੀ ਆ ਠੀਕ ਹੈ ਜੀ ਅਤੇ ਇਹਨਾਂ ਦੇ ਗਾਂ ਉਹਨਾਂ ਦੇ ਪੋਤਰੇ 2 ਇੱਕ ਬੇਟੀ ਹੈ ਪੋਤਰੀ ਅਤੇ ਇੱਕ ਪੋਤਰਾ ਵਾ
ਅਤੇ 5 ਸਾਲ ਹੋ ਗਏ ਸੀ ਸਾਡੇ ਵੀਰ ਜੀ ਨੂੰ ਗਏ ਨੂੰ ਸਾਡੇ ਚਾਚਾ ਜੀ ਬੇਟੇ ਪਿੱਛੇ ਜੀ ਥੋੜ੍ਹਾ ਸਮਾਂ ਹੀ ਹੋਇਆ ਸਾਡੇ ਚਾਚਾ ਜੀ ਦਾ ਸਵਰਗਵਾਸ ਹੋ ਗਿਆ। ਉਸ ਤੋਂ ਬਾਅਦ ਜਿਹੜਾ ਕਮਾਈ ਦਾ ਜਿਹੜਾ ਸਾਧਨ ਸੀ ਵੀਰ ਜੀ ਉਹ ਸਾਡੇ ਇਹ ਵੀਰ ਹੀ ਸਾਡੇ ਜਿਹੜੇ ਬਾਹਰ ਜਿਹੜੇ ਮਨਜੀਤ ਸਿੰਘ ਜੀ ਜਿਹੜੇ ਆਪਣੀ ਰੋਜ਼ੀ ਰੋਟੀ ਕਮਾਉਣ ਵਾਸਤੇ ਬਾਹਰ ਗਏ ਸੀ। ਅਤੇ ਕਿੱਦਾਂ ਪਤਾ ਲੱਗਾ ਵੀ ਡੈਥ ਹੋਈ ਹੈ? ਪਤਾ ਇੱਦਾਂ ਲੱਗਾ ਜੀ, ਸਾਡੇ ਭੈਣ ਸਾਡੀ ਜਿਹੜੀ ਪਿੰਡ ਹਬੀਬਵਾਲ ਦੇ ਵਿੱਚ ਵਿਆਹੀ ਹੈ ਅਤੇ ਉਹਨਾਂ ਨੂੰ ਕੋਈ ਕਿਸੇ ਨੇ ਵੀਡੀਓ ਪਾਈ ਸੀ ਬਾਹਰੋਂ ਟਿਕਟੋਕ 'ਤੇ, ਅਤੇ ਉਦੋਂ ਪਤਾ ਲੱਗਾ ਨਹੀਂ ਤੇ ਦੋ ਮਹੀਨੇ ਸਾਨੂੰ ਕੁਛ ਪਤਾ ਨਹੀਂ ਲੱਗਾ। ਮਤਲਬ ਕਿ ਕਿਸੇ ਨੇ ਫੋਨ ਵੀ ਨਹੀਂ ਕੀਤਾ ਕਿ ਤੁਹਾਡੇ ਭਰਾ ਦਾ ਹਾਲ ਹੈ ਅਤੇ ਇੱਦਾਂ ਹਾਲ। ਅਤੇ ਬਾਅਦ 'ਚ ਜਦੋਂ ਉਹਨਾਂ ਨੇ ਟਿਕਟੋਕ 'ਤੇ ਜਦੋਂ ਵੀਡੀਓ ਦੇਖੀ ਉਹ, ਅਤੇ ਅਸੀਂ ਵੀ ਹੈਰਾਨ ਰਹਿ ਗਏ ਵੀਡੀਓ ਦੇਖ ਕੇ, ਬਹੁਤ ਦੁੱਖ ਲੱਗਾ। ਅਤੇ ਅੱਜ ਸਾਰੇ ਪਰਿਵਾਰ ਦਾ ਸਹਿਮ ਦਾ ਮਾਹੌਲ ਹੈ, ਇੱਥੇ ਮਹੱਲੇ ਦੇ ਵਿੱਚ ਵੀ ਸਾਰੇ ਪਿੰਡ ਦੇ ਵਿੱਚ ਵੀ ਸਹਿਮ ਦਾ ਮਾਹੌਲ ਹੈ ਜਦੋਂ ਸਾਨੂੰ ਪਤਾ ਲੱਗਾ। ਸੰਸਕਾਰ ਉੱਥੇ ਕਰ ਦਿੱਤਾ ਗਿਆ? ਸੰਸਕਾਰ ਤਾਂ ਉਹ ਕਹਿ ਰਹੇ ਰਹੇ ਨੇ ਸੰਸਕਾਰ ਕਰਤਾ, ਪਰ ਜੋ ਦੇਖਣ 'ਚ ਆ ਰਿਹਾ, ਪਰ ਜਦੋਂ ਤੱਕ ਸਾਡੇ ਅੱਗੇ ਵੀਡੀਓ ਨਹੀਂ ਆਉਂਦੀ ਜਾਂ ਕੋਈ ਫੋਟੋ ਨਹੀਂ ਆਉਂਦੇ, ਫਿਰ ਉਦੋਂ ਤੱਕ ਅਸੀਂ ਮੰਨ ਨਹੀਂ ਸਕਦੇ। ਮਤਲਬ ਜਦੋਂ ਕੋਈ ਵੀਡੀਓ ਆਏਗੀ ਸੰਸਕਾਰ ਦੀ ਜਾਂ ਸਾਨੂੰ ਕੋਈ ਫੋਟੋ ਆਏਗੀ, ਫਿਰ ਹੀ ਅਸੀਂ ਮੰਨਾਂਗੇ ਹਾਂ ਵੀ ਸੰਸਕਾਰ ਹੋ ਗਿਆ ਉੱਥੇ ਬਾਹਰ। ਹਾਂਜੀ, ਡੈਥ ਹੋਈ ਜੀ, ਫੋਟੋ ਚਲੋ ਦਿਖਾ ਰਹੇ, ਪਰ ਸਾਡਾ ਜੋ ਕੋਈ ਯਕੀਨ ਜਾਣੀ ਅਜੇ ਮਤਲਬ ਯਕੀਨ ਨਹੀਂ ਬੰਨਿਆ ਜਾ ਰਿਹਾ ਕਿ ਮਤਲਬ ਬਾਹਰ ਡੈਥ ਵੀ ਉਹਨਾਂ ਦੀ ਹੋਏਗੀ ਜਾਂ ਕੀ ਹੋਇਆ, ਕੋਈ ਆਪਾਂ ਪੱਕਾ ਨਹੀਂ ਕਹਿ ਸਕਦੇ ਹਜੇ। ਉਦਾਂ ਮੰਗ ਇਹੀ ਕਰਦੇ ਹਾਂ ਜੀ, ਜੋ ਵੀ ਉੱਥੇ ਜਿਹੜਾ ਭਾਣਾ ਵਰਤਿਆ ਉਹ ਸਾਨੂੰ ਦੱਸਿਆ ਜਾਵੇ। ਜਿਹੜੇ ਸਾਡੇ ਪੰਜਾਬੀ ਭਰਾ ਉੱਥੇ ਇਟਲੀ ਦੇ ਵਿੱਚ ਜਾਂ ਕਿਤੇ ਵੀ ਬੈਠੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਜਿੰਨੇ ਵੱਧ ਤੋਂ ਵੱਧ ਇਸ ਪਰਿਵਾਰ ਦੀ ਜਿਹੜੀ ਬਾਂਹ ਫੜੀ ਜਾਵੇ ਅਤੇ ਜਾਂ ਪਤਾ ਲੱਗੇ ਉਹਨਾਂ ਦਾ। ਇਕੱਲਾ ਹੀ ਜਿਹੜਾ ਘਰ ਦਾ ਜਿਹੜਾ ਕਮਾਈ ਦਾ ਸਾਧਨ ਸੀ, ਕੋਈ ਇਕੱਲਾ ਹੀ ਬੇਟਾ ਸੀ ਸਾਡੀ, ਇਹ ਭੈਣ ਹਬੀਬਵਾਲ ਦੇ ਵਿੱਚ ਵਿਆਹੀ ਆ, ਸਾਡੀ ਚਾਚੀ ਜੀ ਨੇ ਉਹ, ਇਹ ਮੇਰੇ ਮਾਤਾ ਜੀ ਨੇ। ਅਤੇ ਸਾਡੀ ਮੰਗ ਇਹ ਕਿ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਪਰਿਵਾਰ ਦੀ ਜਿਹੜੇ ਜਿੱਦਾਂ ਵੀ ਹੋ ਸਕੇ ਜਿੱਦਾਂ ਨਾਲ ਖੜਨ, ਅਤੇ ਉਹ ਵਿੱਚ ਬੱਚੇ ਦਾ ਵੀ ਪਤਾ ਲੱਗੇ ਕਿੱਦਾਂ ਜਿੱਦਾਂ ਡੈਥ ਹੋਈ ਕਿ ਜਾਂ ਕੀ ਭਾਣਾ ਵਰਤਿਆ ਉੱਥੇ, ਸਾਨੂੰ ਕੋਈ ਪੱਕਾ ਅਜੇ ਤੱਕ ਨਹੀਂ ਪਤਾ ਲੱਗਾ।